ਬਲਾਤਕਾਰ ਦੇ ਦੋ ਦੋਸ਼ਾਂ ਵਿੱਚ ਘਿਰੇ ਸਾਬਕਾ ਅਕਾਲੀ ਆਗੂ ਅਤੇ SGPC ਮੈਂਬਰ ਸੁੱਚਾ ਸਿੰਘ ਲਗਾਂ ਨੇ ਬੁੱਧਵਾਰ ਨੂੰ ਗੁਰਦਾਸਪੁਰ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਇਸ ਦੌਰਾਨ ਅਦਾਲਤ ਵਿੱਚ ਪਹੁੰਚੀਆਂ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਸੁੱਚਾ ਸਿੰਘ ਲਗਾਂ ਦਾ ਜ਼ਬਰਦਸਤ ਵਿਰੋਧ ਕਰਦੇ ਹੋਏ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਲੰਗਾਹ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰਨ ਪਹੁੰਚੇ ਹੋਏ ਸਨ, ਪਰ ਅਦਾਲਤ ਨੇ ਲਗਾਹ ਦੀ ਅਰਜ਼ੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਇਹ ਕਹਿੰਦਿਆਂ ਉਹਨਾਂ ਦੀ ਅਰਜ਼ੀ ਰੱਦ ਕਰ ਦਿੱਤੀ ਸੀ ਕਿ ਇਹ ਉਹਨਾਂ ਦੇ ਸੀਮਾ ਖੇਤਰ ਤੋਂ ਬਾਹਰ ਦਾ ਮਾਮਲਾ ਹੈ, ਇਸ ਲਈ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਗੁਰਦਾਸਪੁਰ ਦੀ ਅਦਾਲਤ ਵਿੱਚ ਆਤਮ ਸਮਰਪਣ ਕਰਨ। ਇੱਥੇ ਹੀ ਨਹੀਂ, ਮੰਗਲਵਾਰ ਨੂੰ ਪੁਲਿਸ ਵੱਲੋਂ ਸੁੱਚਾ ਸਿੰਘ ਲਗਾਂ ਦਾ ਲੁੱਕਆਊਟ ਨੋਟਿਸ ਜਾਰੀ ਕਰਦੇ ਹੋਏ 9 ਸੂਬਿਆਂ 'ਚ ਅਲਰਟ ਜਾਰੀ ਕੀਤਾ ਸੀ। ਅੱਜ ਸੁੱਚਾ ਸਿੰਘ ਲੰਗਾਹ ਇੱਥੇ ਕੋਰਟ 'ਚ ਪੇਸ਼ ਹੋਏ ਨੇ। ਕੋਰਟ 'ਚ ਅਸੀਂ ਉਹਨਾਂ ਦੀ ਗ੍ਰਿਫਤਾਰੀ ਦੀ ਇਜਾਜ਼ਤ ਲੈ ਕੇ ਕੋਰਟ ਤੋਂ ਅਸੀਂ ਪੁਲਿਸ ਰਿਮਾਂਡ ਵਾਸਤੇ 10 ਦਿਨ ਦਾ ਪੁਲਿਸ ਰਿਮਾਂਡ ਉਹਨਾਂ ਡਿਮਾਂਡ ਕੀਤਾ ਸੀ ਅਤੇ ਆਨਰੇਬਲ ਕੋਰਟ ਨੇ ਸਾਨੂੰ ਉਹਨਾਂ ਦਾ 5 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਅਤੇ ਹੁਣ ਅੱਗੇ ਇਨਵੈਸਟੀਗੇਸ਼ਨ ਚਲਦੀ ਰਹੂ। ਨਹੀਂ, ਅਸੀਂ ਮਤਲਬ ਇੱਥੇ ਸਾਰੇ ਕਿਤੇ ਸਾਡੀਆਂ ਫੋਰਸਿਸ ਲੱਗੀਆਂ ਹੋਈਆਂ ਸੀ, ਜਦੋਂ ਕੋਰਟ 'ਚ ਪਹੁੰਚੇ ਅਸੀਂ ਇੱਥੋਂ ਅਰੈਸਟ ਕਰ ਲਿਆ। ਅਸੀਂ ਅਰੈਸਟ ਕੀਤਾ ਉਹਨਾਂ ਨੂੰ ਕੋਰਟ ਤੋਂ, ਕੋਰਟ ਤੋਂ ਅਸੀਂ ਕੋਰਟ ਦੀ ਪਰਮਿਸ਼ਨ ਨਾਲ ਅਰੈਸਟ ਕੀਤਾ। ਥੈਂਕ ਯੂ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਵੱਲੋਂ ਅੱਜ ਜੋ 20 ਸਾਲ ਤੋਂ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਅਖੌਤੀ ਬਣਿਆ ਹੋਇਆ ਸੀ, ਜਿਹਨੂੰ ਲੋਕ ਸੁੱਚਾ ਲੰਗਾਹ ਕਹਿੰਦੇ ਅਤੇ ਅਸੀਂ ਉਹਨੂੰ ਝੂਠਾ ਲੰਗਾਹ ਕਹਿ ਕੇ ਅੱਜ ਜਿਹੜਾ ਜਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਇਹਦਾ ਪੁਤਲਾ ਵੀ ਸਾੜਿਆ ਜਾਵੇਗਾ। ਅਸੀਂ ਸਿੱਖ ਜਥੇਬੰਦੀਆਂ ਨੂੰ, ਗੁਰੂ ਨਾਨਕ ਨਾਮ ਸਿੱਖਾਂ ਨੂੰ ਬੇਨਤੀ ਕਰਦੇ ਹਾਂ ਕਿ ਐਸੇ ਬੰਦਿਆਂ ਨੂੰ ਮੂੰਹ ਨਾ ਲਾਇਆ ਜਾਵੇ, ਨਾ ਉਹਦੇ ਪਰਿਵਾਰ ਨੂੰ ਮੂੰਹ ਲਾਇਆ ਜਾਵੇ, ਜਿਹਨੇ ਸਿੱਖ ਧਰਮ ਦੇ ਹਿਰਦਿਆਂ ਨੂੰ ਬਹੁਤ ਵੱਡੀ ਠੇਸ ਪਹੁੰਚਾਈ ਹੈ। ਗੁਰਦਾਸਪੁਰ ਤੋਂ ਰਿਸ਼ਪਾਲ ਬਿੱਟੂ ਦੀ ਰਿਪੋਰਟ, ਚੈਨਲ 2।